सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन ਖਬਰਾਂ ਦੀ ਸ਼ੁਰੂਆਤ ਵੱਡੀ ਖਬਰ ਤੋਂ ਬਠਿੰਡਾ ਜ਼ਿਲ੍ਹੇ 'ਚ ਕਰੋਨਾ ਬਲਾਸਟ ਹੋਇਆ ਹੈ 20 ਨਵੇਂ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ ਬੇਕਾਬੂ ਹੁੰਦਾ ਜਾ ਰਿਹਾ ਹੈ ਕਰੋਨਾ ਪੰਜਾਬ 'ਚ ਕਰੋਨਾ ਵਾਇਰਸ ਦਾ ਕਹਿਰ ਦਿਨ ਬ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ ਸੂਤਰਾਂ ਮੁਤਾਬਕ ਅੱਜ ਦਿਨ ਚੜ੍ਹਦਿਆਂ ਹੀ ਬਠਿੰਡਾ ਜ਼ਿਲ੍ਹੇ 'ਚ ਕਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਨੇ ਨਵੇਂ ਆਏ ਕੇਸਾਂ ਵਿੱਚੋਂ ਕੁਝ ਬਾਹਰਲੇ ਰਾਜਾਂ ਤੋਂ ਪਰਤੇ ਸਨ ਦੱਸਿਆ ਹੈ ਕਿ ਬਠਿੰਡਾ ਜ਼ਿਲ੍ਹੇ ਬੀਤੀ ਕੱਲ ਸ਼ਾਮ ਵੀ ਕਰੋਨਾ ਦਾ 10 ਪੋਜ਼ਿਟਿਵ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਸੀ ਹੁਣ ਤੱਕ 8593 ਕਰੋਨਾ ਦੇ ਟੈਸਟ ਹੋ ਚੁੱਕੇ ਨੇ ਜਿਨ੍ਹਾਂ ਚੋਂ 8063 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪੰਜਾਬ 'ਚ ਕਰੋਨਾ ਵਾਇਰਸ ਦਾ ਪ੍ਰਕੋਪ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਆਲਮ ਇਹ ਹੈ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4288 ਤੋਂ ਪਾਰ ਹੋ ਗਈ ਹੈ ਦੇਸ਼ ਵਿੱਚ ਲੜਕੀਆਂ ਉੱਤੇ ਹੋ ਰਹੇ ਅਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਨੇ ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਘਟਨਾ ਦੀ ਵਾਇਰਲ ਵੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਦੀ ਘਟਨਾ ਦੁਰਾਹਾ ਦੇ ਵਿੱਚ ਵਾਪਰੀ ਜਿੱਥੇ ਦਿਨ ਦਿਹਾੜੇ ਇੱਕ ਲੜਕੀ ਨੂੰ ਇੱਕ ਲੜਕੇ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਲੋਕੀ ਕੋਠਿਆਂ ਉੱਪਰ ਖੜੇ ਹੋ ਕੇ ਉਸ ਦੀ ਵੀਡੀਓ ਤਾਂ ਬਣਾਉਂਦੇ ਰਹੇ ਪਰੰਤੂ ਰੋਕਣ ਦੀ ਕਿਸੇ ਨੇ ਹਿੰਮਤ ਨਾ ਪਾਈ ਜਦੋਂ ਇਸ ਸੰਬੰਧੀ ਹਸਪਤਾਲ ਵਿੱਚ ਦਾਖਲ ਪੀੜਤ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਸ ਲੜਕੇ ਨਾਲ ਉਸਦਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਉਹ ਕਾਫੀ ਲੰਮੇ ਸਮੇਂ ਤੋਂ ਉਸਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ ਲੜਕੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਦੁਰਾਹਾ ਦਾ ਕਾਂਗਰਸ MC ਲੜਕੇ ਨੂੰ ਬਚਾਉਣ ਲਈ ਉਸ ਤੇ ਦਬਾਅ ਬਣਾ ਰਿਹਾ ਹੈ ਹੁਣ ਵੇਖਣਾ ਹੈ ਕਿ ਇਸ ਮਾਮਲੇ 'ਚ ਪੁਲਿਸ ਕੀ ਪੜਤਾਲ ਕਰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਹੁਣ ਕਿੱਥੇ ਹੋ ਇਸ ਵੇਲੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਹਾਂ ਵੀ ਇੱਕ ਮੁੰਡਾ ਜਿਉਂ ਨੇ ਜਾ ਰਹੀ ਤਾਂ ਕਰਦਾ ਸੀ ਚਲੋ 5 ਸਾਲ ਹੋ ਗਏ ਸੀ ਪੰਜ ਸਾਲ ਕੋਈ ਗੱਲ ਨਿਕਲੀ ਸੀ ਸਰਪੰਚ ਫੈਸਲਾ ਕਰ ਦਿੰਦਾ ਸੀ ਪਰ ਮੁੰਡਾ ਪੁੱਛਿਆ ਨਹੀਂ ਕਰਦਾ ਹੈ ਹੁਣ ਮੈਂ ਆਪਣੀ ਤਰ੍ਹਾਂ ਦੇ ਸ਼ਹਿਰ 'ਚ ਫੇਟੀ ਨੂੰ ਫੈਸ਼ਨਾਂ ਰਹਿੰਦੇ ਰੈਡੀਮੇਡ ਦੇ ਵਕਤੇ ਕੰਮ ਕਰਦੀ ਸੀ 12:15 ਦਾ ਟਾਈਮ ਸੀ ਸ਼ੁੱਕਰਵਾਰ ਦਾ ਅਤੇ ਮੈਂ ਵੋਸ਼ਰੂਮ ਉਹਨਾਂ ਦੀ ਬੈਕ ਸਾਈਡ ਵੋਸ਼ਰੂਮ ਕਰਨ ਗਈ ਉੱਥੇ ਹੀ ਮੁੰਡੇ ਨੇ ਮੇਰੀ ਬਾਂਹ ਫੜ ਕੇ ਮੈਨੂੰ ਕਹਿੰਦਾ ਮੇਰੇ ਨਾਲ ਕੋਰਟ ਮੈਰਿਜ ਕਰਾਂ ਨਹੀਂ ਤਾਂ ਤੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੀ ਫੈਮਿਲੀ ਨੂੰ ਇੱਥੇ ਤੱਕ ਬਲੈਕਮੇਲ ਕਰਦਾ ਸੀ ਮੰਮਾ ਨੂੰ ਫੋਨ ਕਰਕੇ ਇੱਕ ਸਾਈਡ ਤੋਂ ਮੇਰਾ ਗਲਾ ਫੜ ਲਓ ਦੂਜੀ ਤਰਫ ਮੇਰੇ ਘਰਦਿਆਂ ਨੂੰ ਫੋਨ ਕਰਕੇ ਕਹਿੰਦਾ ਵੀ ਆਪਣੀ ਕੁੜੀ ਬਚਾਓ ਦੇਖ ਚਲੋ ਨਹੀਂ ਤਾਂ ਖਤਮ ਕਰ ਦੀ ਕਹਿੰਦਾ ਇਸ ਟਾਈਮ ਮੇਰੇ ਕੋਲ ਪਿਸਟਲ ਵੀ ਆ ਇਹਨੂੰ ਮੈਂ ਪਿਸਟਲ ਨਾਲ ਵੀ ਡਾ ਦੂ ਬਹੁਤ ਜ਼ਿਆਦਾ ਮੈਂ 5 ਸਾਲ ਦਾ ਇਹਨੇ ਮੈਨੂੰ ਬਲੈਕਮੇਲ ਕਰਦੇ ਧਮਕੀਆਂ ਦਿੰਦਾ ਸੀ ਪਰੇਸ਼ਾਨ ਕਰਦਾ ਸੀ ਰਸਤੇ 'ਚ ਆਉਂਦਾ ਜਾਂਦਾ ਮੈਨੂੰ ਬਹੁਤ ਤੰਗ ਕਰਦੇ ਇੱਕ ਦਿਨ ਮੈਨੂੰ ਨਹਿਰ 'ਚ ਵੀ ਇਹਨੇ ਧੱਕ ਨਹਿਰ 'ਚ ਸੁੱਤਾ ਨਹੀਂ ਕਹਿੰਦਾ ਮੈਨੂੰ ਧਮਕੀ ਦਿੱਤੀ ਵੀ ਤੈਨੂੰ ਨਹਿਰ 'ਚ ਧੱਕਾ ਮਾਰ ਦੇ ਚਲੋ ਉਸ ਦਿਨ ਤਾਂ ਚਲੋ ਮੈਂ ਬਚ ਗਈ ਹੁਣ ਇਹਨੇ ਇੰਨਾ ਜ਼ਿਆਦਾ ਪਰੇਸ਼ਾਨ ਜਿਹੜਾ ਸਾਡੇ ਪਿੰਡ ਦਾ ਸਰਪੰਚ ਆ ਉਹ ਥੋੜ੍ਹਾ ਇਹਨਾਂ ਦੇ ਹੱਕ 'ਚ ਗਵਾਹੀ ਦੇ ਰਿਹਾ ਵਾ ਉਹ ਇਹਨੂੰ ਫੜਾ ਨਹੀਂ ਰਿਹਾ ਸ਼ੁੱਕਰਵਾਰ ਦੀ 12:15 ਦੀ ਰਿਪੋਰਟ ਗਈ ਹੋਈ ਹੈ ਇਸ ਟਾਈਮ ਹਜੇ ਕੋਈ ਸੁਣਵਾਈ ਨਹੀਂ ਹੋ ਮੁੰਡਾ ਕੌਣ ਆ ਮੁੰਡਾ ਦਰਾਹੀ ਪੰਡਰ ਰਣਜੀਤ ਸਿੰਘ ਸਨ ਆਫ ਜਰਨਲ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਨੇ ਜੀ ਉਸ ਟਾਈਮ ਸ਼ੁੱਕਰਵਾਰ ਦੀ 3-4 ਗੇੜੇ ਲਾਏ ਸੀ ਕੱਲ ਦੇ ਵਕਤ ਰੁਕੇ ਮਾਰਨਿੰਗ ਟਾਈਮ ਦੇ ਵਿੱਚ ਹੁਣ ਕੋਈ ਪੁਲਿਸ ਵਾਲੇ ਨਹੀਂ ਗਏ ਹੈਗੇ ਸਗੋਂ ਉਲਟਾ ਉਹਨਾਂ ਦੇ ਘਰ ਦੋਏ ਘਰ ਦੇ ਕਹਿੰਦੇ ਨੇ ਸਾਡਾ ਤਾਂ ਮੁੰਡਾ ਫੇਕ ਹੀ ਕਰੋ ਸਾਡੇ ਮੁੰਡੇ ਨੂੰ ਕੋਈ ਚੱਕ ਨਹੀਂ ਸਕਦਾ ਤਰਾ ਇਹਨਾਂ ਦੇ ਨਾਲ 7-8 ਸਾਲ ਪਹਿਲਾਂ ਤੋਂ ਫਰੈਂਡਸ਼ਿਪ ਸੀ ਵਿੱਚ ਇਹਨਾਂ ਦੇ ਆਪਸ ਵਿੱਚ ਹੀ ਵਿਗੜ ਗਏ ਕੰਮ ਉਸ ਤੋਂ ਬਾਅਦ ਫਿਰ ਕੱਲ ਲੜਕੀ ਇਹ ਇੱਧਰ ਛੇਤੀ ਫੈਸ਼ਨ ਹਾਊਸ 'ਤੇ ਲੱਗੀ ਹੈ ਉਹਦੇ ਪਿੱਛੇ ਜਾ ਕੇ ਬਾਥਰੂਮ ਦੇ ਵਿੱਚ ਦੂਸਰੇ ਗਲੀ ਦੇ ਵਿੱਚ ਬਾਥਰੂਮ ਗਈ ਸੀ ਅਤੇ ਜਦੋਂ ਬਾਥਰੂਮ ਗਈ ਇਹ ਉੱਥੇ ਰਣਦੀਪ ਨਾਮ ਦਾ ਲੜਕਾ ਇਹਦੇ ਪਿੰਡ ਦੇ ਜਿਹਦੇ ਨਾਲ ਫਰੈਂਡਸ਼ਿਪ ਸੀ ਉਹ ਇਹਨੂੰ ਮਿਲ ਗਿਆ ਅਤੇ ਉਹਨੇ ਇਸ ਨੂੰ ਕਿਹਾ ਕਿ ਮੇਰੇ ਨਾਲ ਕੋਰਟ ਮੈਰਿਜ ਕਰਾ ਇਹਨੇ ਜਵਾਬ ਦਿੱਤਾ ਉਹਨੇ ਫਿਰ ਫੜ ਕੇ ਇਹਨੂੰ ਵਾਲਾਂ ਨੂੰ ਫੜ ਕੇ ਥੱਲੇ ਗਿਰ ਕੇ ਕੁੱਟੇ ਇਹਦੇ ਰਿਗਾਰਡਿੰਗ ਅਸੀਂ ਅਪੀਲ ਹਾਊਸ ਕਰਾਂਗੇ ਸਰ ਕੁੜੀ ਦਾ ਕਹਿਣਾ ਵੀ ਮੇਰਾ ਕੋਈ ਇਹਦੇ ਨਾਲ ਰਿਲੇਸ਼ਨ ਨਹੀਂ ਸੀ ਵੀ ਮੈਨੂੰ ਪਿਛਲੇ ਕਾਫੀ ਲੰਮੇ ਅਰਸੇ ਤੋਂ ਤੰਗ ਪਰੇਸ਼ਾਨ ਕਰ ਰਹੇ ਆ ਇਹ ਪਹਿਲਾਂ ਹੈਗੀ ਸੀ ਉਹਨਾਂ ਦੀ ਅੱਛਾ ਜੀ ਹਾਂਜੀ ਦੱਸਿਆ ਕਿ ਲੜਕੀ ਨੇ ਬਿਆਨ ਦੇ ਵਿੱਚ ਦੱਸਿਆ ਠੀਕ ਹੈ ਹਾਂਜੀ ਅਤੇ ਸਰ ਕਈ ਮੁੰਡੇ ਦੇ ਖਿਲਾਫ਼ ਕੀ ਕਾਰਵਾਈ ਕੀਤੀ ਗਈ ਹੁਣ ਤੱਕ FIR ਲੌਂਚ ਕਰਤੀ ਜੀ 354 323 341 586 ਗ੍ਰਿਫਤਾਰੀ ਹੋਈ ਹੈ ਜੀ ਨਹੀਂ ਹਲੇ ਨਹੀਂ ਜੀ ਹਲੇ ਭੱਜਿਆ ਰੇਟਾਂ ਕੀਤੀਆਂ ਕਰੋ ਥਾਣਾ
सिटी फरीदकोट बंद एक हवालाती की कोरोना रिपोर्ट पॉजिटिव आने तो बाद हड़कंप मच गया है। सेहत विभाग के वालों SHO सने 18 पुलिस मुलाजमान क्वारंटाइन कर दिया गया है, जबकि कोरोना पॉजिटिव आए व्यक्ति फरीदकोट के गुरु गोबिंद सिंह मेडिकल हस्पताल दाखिल कराया गया है। इस तो इलावा पूरे थाने सैनिटाइज करद मुलाजमान मास्क के ग्लव्स दिए गए हैं। फिलहाल क्वारंटाइन किए पुलिस मुलाजमान के कोरोना टेस्ट किए जाएंगे। फिलहाल तो जी अपने को लिस्ट हैगी है जी टोटल 18 है। यदि हजे फिलहाल मैं तो नहीं खुद देखी यदि पॉजिटिव रिपोर्ट आ रही है। वैसे साढ़े जे अधिकारी दस रहे हैं क्योंकि मैं हमने हमने चार्ज मिले तो यदि पॉजिटिव आ चुकी है। ये तो जी हम कल इन्हों का मतलब सैंपल ले जाने उस तो बाद ही जिम्मे भी होगा उन्होंने माता गुजरी साहब को जोड़ा बनया होम ग्राउंड है। हाँ जी अपने SHO साहब भी उसकी नाल हाँ जी थाने उस तो आप पहला कर चुके हैं तो बाकी रहा हम कर सारा सैनिटाइज कर जेडे ये कंटैक्ट के रहे है उन्होंने कल सैंपलिंग हो जाने तो उसके बाद जी रिपोर्ट आ जाए। कोरोना लाग की बीमारी जलंधर जिले में लगातार मारू होंगी जा रही है। मंगलवार का दिन चढ़ते ही जिथे कोरोना के 25 पॉजिटिव मरीज होर सामने आए ने उथे एक 70 साल बीबी की कोरोना कारण मौत हो गई। मिली जानकारी के मुताबिक गुरु रामदास इनकलेव की रहने वाली प्रेमलता की मौत हो गई सी, जिसके जांच लए गए नमूनों की रिपोर्ट हुण पॉजिटिव आई है। इस ही जलंधर जिले में कोरोना कारण मरण वालों की गिनती 18 हो गई है। इस तो इलावा जिले में हुण कोरोना के मरीजों की कुल गिनती 599 हो गई है, जिन्हों में 320 तो वध मरीज सेहतयाब हो चुके हैं, जबकि 229 मामले जिले में अजे भी एक्टिव ने। जिले में लगातार बढ़ रही कोरोना मरीजों की गिनती ने जिथे सेहत विभाग को चिंता में पाया हुआ है, उथे लोगों में भी भारी दहशत पाई जा रही है। कोरोना महामारी विच मरीजां दी देखभाल विच जुटे धरती ते भगवान यानी कि डॉक्टर सरकार तो नाराज हो गए ने। पंजाब विच लागू कीते जा रहे क्लीनिक एस्टैब्लिशमेंट बिल दे विरोध विच सूबे दे 10,000 निजी डॉक्टर हड़ताल ते जा रहे ने। मंगलवार नूं पंजाब विच सेहत सेवावां बुरी तरह डगमगा जाणगियां। इह पहली बार होएगा जदों निजी डॉक्टर एमरजेंसी विच वी मरीजां दी जांच नहीं करनगे। दरअसल इंडियन मेडिकल एसोसीएशन दे ऐलान ते डॉक्टरों ने मंगलवार को हड़ताल से जाने का फैसला लिया है। IMA के प्रधान डॉक्टर गौरव गर्ग, डॉक्टर रजिंदर गोयल, डॉक्टर पुष्पिंदर संधू, डॉक्टर सिमरप्रीत मान, डॉक्टर गुरिंदर मान ने कहा कि सानू मरीजों को परेशान करके बहुत दुख होता है। साड़ी लड़ाई सरकार के नाल है, उसकी गलत नीतियां खिलाफ है। सरकार जो एक लागू कर रही है, यह एक्ट देश के कई राज्यों में लागू किया जा चुका है। इस नाल सेहत सेवाओं में कोई सुधार नहीं होगा, सगो निजी सेहत खेत्र भी सरकार की बेवजह दखलअंदाजी बढ़ गई है, उथे इलाज महंगा हो गया है। जलंधर देहाती दी CIA टीम ने 4 गैंगस्टरों को कुछ हथियारों से एक अल्टो गड्डी समेत गिरफ्तार किया। जानकारी के मुताबिक इन्हें सारे ने मिलकर माइक गैंग बनाया सी, जो लुट दी वारदातों को अंजाम देने की फिकार में सन। पुलिस ने आरोपियों को 2 पिस्तौल, 11 जिंदा कारतूस से एक अल्टो गड्डी बरामद की है। कल साढ़े इंस्पैक्टर CIA शिव कुमार जी की टीम वालों थाना पतारे के एरिए कंगनीवाल वाली पुली के उत्ते नाकाबंदी की हुई सी। उस संबंध में एक कार अल्टो आई वाइट रंग की, उन्होंने रुकने का इशारा किया तो उसने अपनी कार में भजा लिया। उस पुलिस पार्टी ने उन्हों का पिछा किया, गुरु नानकपुरे आके उन्होंने
काबू किया जिदे रोहित झाड़िया जिहड़ा कि नकोदर का अपने साथियों के नाल सीगा उहदे विचों जदों असीं इहदे साथियों नूं काबू किया तो इन्हां कोलों दो पिस्टल 32 बोर का और एक 315 बोर का देसी बरामद होया और इन्होंने उसमें गिरफ्तार करके FIR नंबर 68 थाना पतारा विच दर्ज की और फर्दर इन्वेस्टिगेशन जी चल रही है। नहीं इस तो पहला इन्हों की जो पूछगिछ सानू वांटड सी नकोदर सिटी परचा दर्ज होया FIR नंबर 2 जनवरी महीने के दर्ज हुई सी ये और ये संबंध में भी ये हाले PO सके भजे हुए थे इन्हों के फ्रंट लाए हुए थे और जेडे नाल दे साथी सके वह भी जस्सा सुरिंदर जस्सा की होर मुंडा गिल्लां दा वह भी जस्सा ही है और एक शामा आ जिहड़ा कि हैगा इतों सिटी एरिए दा यह भी सारे दे सारे ही वांटड हैगे आ सुरिंदर थाणियां दे वख वख मुकादे जिहड़ा रोहित है वह ते टोटल 7 परचे हैगे आ जिहड़ा दर्ज होया अज वाला पा के और भी असं हाले होर भी रिकॉर्ड करा रहे हैं जिहड़ा ये दसण मुताबक वो 7 मुकादमे हो गए नहीं असी तो कोविड करके कल लॉकडाउन करके नाकाबंदी की हुई सी वो करके और गड्डी ना रुकन करके इन्हों का पिछा किया करके ही असी इन्हों काबू किया और बड़ी गैंग वार होने तो रुकिया क्योंकि जी हूँ तो ही पूछगिछ आई भी एक अंबा नाम का लड़का हैगा जिहड़ा कि नकोदर जी पहला भी लड़ाई हुई सी इन्हां दी आपस दे विच हुण गैंगवार हो सकदी सी क्योंकि उहदी ही तैयारी च इह लगे हुए सीगे जिहड़े इन्हां कोल दातर मिले आ उह बड़े वड्डे वड्डे और पिस्टल रखने कोल और जाने कि इन्हां दी जे हुण दुबारा लड़ाई होंदी किसी की भी जानी माली नुकसान काफ़ी होना जिहड़ा इन्हां दे कोल हुण दी पुछगिछ आया UP तों लैके आए सीगे इसलिए स्पैशल दूजे गैंग नाल लड़न लई इन्हां ने अपनी तैयारी कर रहे थे अपने साथियों नूं इकट्ठा कर रहे थे हाँ रोहित तो इस तो पहला 6 मुकदमे सीगे जिहड़े कि वख वख थाणियां च हैगे आ उन्हां विचों कुछ इहदे मुकदमे बरी होए कुछ हाले अंडर ट्रायल चलदे जिहड़ा एक हैगा लड़का जस्सा ਉਹਦੇ 'ਤੇ ਥਾਣਾ 12 ਦੇ ਵਿੱਚ ਪਰਚਾ ਹੈਗਾ ਆ ਉਹਦੇ 'ਚ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਉਹ ਅਸੀਂ ਥਾਣੇ 12 ਦਰੀ ਵਾਲਿਆਂ ਨੂੰ ਉਹਦੀ ਇਨਫੋਰਮੇਸ਼ਨ ਦੇ ਦਿੱਤੀ ਹੈ ਨਹੀਂ ਬਲਜਿੰਦਰ 'ਤੇ ਨਹੀਂ ਹੈਗਾ ਪਰਚਾ 2 ਦਾਤ ਹੋ ਗਏ ਅਲਟੋ ਗੱਡੀ ਜਿਹੜੀ ਸੀਗੀ ਉਹਨੂੰ ਇਹ ਯੂਜ਼ ਕਰ ਰਹੇ ਸੀਗੇ ਔਰ ਆਪਾਂ ਕਹਿ ਲਈਏ ਵੀ ਇਹਨਾਂ ਨੇ ਹੁਣ ਆਪਣੇ ਹੋਰ ਸਾਥੀ ਵੀ ਇਹਨਾਂ ਦੇ ਹੈਗੇ ਆ ਜਿਹੜੀ ਕਿ ਇੰਟੈਰੋਗੇਸ਼ਨ 'ਚ ਗੱਲ ਆਈ ਆ 4-5 ਸਾਥੀ ਇਹਨਾਂ ਦੇ ਹੋਰ ਵੀ ਹੈਗੇ ਇਹਨਾਂ ਦੇ ਨਾਲ ਦੇ ਔਰ ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਦੂਜਾ ਗਰੁੱਪ ਆ ਉੱਥੇ ਨਕੋਦਰ ਦੇ ਵਿੱਚ ਏਰੀਏ ਦੇ ਵਿੱਚ ਸੀਗਾ ਉਹਨਾਂ 'ਤੇ ਅਟੈਕ ਕਰਨਾ ਸੀ ਇਹ ਆਪਣੇ ਜਲੰਧਰ ਵਾਲੇ ਸਾਈਡ ਨਹੀਂ ਆ ਰਹੇ ਸੀ ਜਦ ਨਕੋਦਰ ਜਾਣਾ ਹੋਊ ਇਹਨਾਂ ਨੇ ਅਤੇ ਵਾਰਦਾਤ ਦੀ ਪਲੈਨਿੰਗ ਕਰ ਰਹੇ ਸੀ ਕਿਉਂਕਿ ਇਨਕਮ ਸੋਰਸ ਇਹਨਾਂ ਕੋਲ ਹੈ ਨਹੀਂ ਸੀਗੇ ਹੋ ਸਕਦਾ ਕੋਈ ਲੁੱਟ ਖੋਹ ਇਹਨਾਂ ਨੇ ਕਰਨੀ ਸੀਗੀ ਇਹ ਗੱਡੀ ਇਹਨਾਂ ਦੀ ਆਪਣੀ ਹੈ ਵੀ ਜਿਹੜਾ ਆਟੋ ਝਾੜੀ ਹੈ ਇਹਦਾ ਅਸੀਂ ਹੁਣ 3 ਦਿਨ ਦਾ ਰਿਮਾਂਡ ਲੈ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਸਾਡੀ ਸੀਰੀ ਚੱਲ ਰਹੀ ਤਸਵੀਰਾਂ ਪਟਿਆਲਾ ਦੇ ਸਨੌਰ ਰੋਡ ਤੇ ਸਥਿਤ ਸਬਜ਼ੀ ਮੰਡੀ ਦੀਆਂ ਨੇ ਜਿਸ ਵਿੱਚ ਕੁਝ ਲੋਕ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸਬਜ਼ੀ ਮੰਡੀ ਵਿੱਚ ਲੇਬਰ ਦਾ ਕੰਮ ਕਰਨ ਵਾਲੇ ਇਹਨਾਂ ਵਿਅਕਤੀਆਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲਦੀ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਦੂਜੀ ਧਿਰ ਵੱਲੋਂ ਸੁਰੇਸ਼ ਕੁਮਾਰ ਨਾਂ ਦੇ ਵਿਅਕਤੀ ਜੋ ਕਿ ਮੰਡੀ ਵਿੱਚ ਲੇਬਰ ਦਾ ਕੰਮ ਕਰਦਾ ਹੈ ਉਸ ਤੇ 5-6 ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਕਿਰਪਾਨਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ ਸਾਰੀ ਘਟਨਾ ਉੱਥੇ ਲੱਗੀ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ 5-6 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਅੰਦਰ ਆਉਂਦੇ ਨੇ ਤੇ ਇੱਕਦਮ ਅੰਦਰ ਬੈਠੇ ਵਿਅਕਤੀ ਦੇ ਉੱਪਰ ਹਮਲਾ ਕਰ ਦਿੰਦੇ ਨੇ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ CCTV ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਦੂਜੇ ਪਾਸੇ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ।